बोल की होया की होया की होया होर भी कुछ बोल ला के बाज गरबाज नु बाज मारहा मिठू बोल पुत बोल 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 पुत बोल रे कर दो हां तेरे तेरे कर दो मेरे कर दो हां मिठू हां बोल 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 हां पुछ पुछ बोल मिठू बोल मिठू हां बोल हां की लेना ਕੀ ਲੈਣਾ ਦੱਸ ਮਿੱਠੂ ਕੀ ਹੋਇਆ ਤੈਨੂੰ ਕੀ ਚਾਹੀਦਾ ਸੂਰਿਆ ਰਲਿਆ ਨਾਰ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਠੀਕ ਠਾਕ ਹੋ ਲਓ ਵੀ ਬਾਬਿਓ ਚੜ੍ਹਦੇ ਸੂਰਜ ਨਾਲ ਚੜ੍ਹਦੇ ਅਤੇ ਲਹਿੰਦੇ ਵਾਲੇ ਭਰਾਵਾਂ ਨੂੰ ਦਿਲੋਂ ਸਲਾਮ ਆ ਅਤੇ ਆਇਓ ਫਿਰ ਬਾਬਿਓ ਵੀਡੀਓ ਕਰਦੇ ਹਾਂ ਸ਼ੁਰੂ ਇੱਦਾਂ ਹੀ ਪਿਆਰ ਦਿੰਦੇ ਰਹੋ ਜੇ ਵੀਡੀਓ ਵਧੀਆ ਲੱਗਦੀ ਤਾਂ ਆਇਓ ਬਾਬਿਓ ਛੱਡਦੇ ਹਾਂ ਬੱਚੇ ਪੋਤੀ ਨੂੰ ਵੀ ਲਿਆਉਂਦੇ ਬਾਹਰ ਆਹ ਆਪਣਾ ਸ਼ਰਾਰੂ ਜਿਹੜਾ ਫੜਿਆ ਸੀ ਉਦਾਂ ਹੀ ਟੰਗਿਆ ਟੁੰਗਿਆ ਅੱਜ ਸਫਾਈ ਸਫੂਈ ਕਰਾਂਗੇ ਜਾਲ ਦੀ ਸਾਰੀ ਅੰਦਰੋਂ ਕਿਉਂਕਿ ਉਦਣ ਖੁੱਡਾ ਬਣਾਇਆ ਸੀ ਮੁਰਗਿਆਂ ਦਾ ਅਤੇ ਉਹਨਾਂ ਨੇ ਗੰਦ ਗੁੰਦ ਜਾਲਾ ਬਾਲਾ ਪਾ ਦਿੱਤਾ ਹੈ ਨਾ ਅਤੇ ਆਹ ਚੱਕੋ ਵੀ ਬਾਬਿਓ ਆਹ ਬੱਚੇ ਵੀ ਅੱਜ ਜਾਲ 'ਚ ਪਾ ਕੇ ਵੱਡੇ ਬੱਚੇ ਆ ਅਤੇ ਆਹ ਬਾਜੀਆਂ ਬੂਜੀਆਂ ਜਿੱਤੇ ਕਬੂਤਰ ਆਪਣੇ ਪੁਰਾਣੇ ਜਿਹੜੇ ਅਤੇ ਇਹ ਵੀ ਕੱਢਣੇ ਅੱਜ ਇਹ ਛੱਡਾਂਗੇ ਐਤਕੀ ਬਾਜੀਆਂ 2025 ਦੇ ਵਿੱਚ ਬਾਬਿਓ ਅਤੇ ਆਇਓ ਫਿਰ ਕਰਦੇ ਹਾਂ ਸਾਫ਼ ਸਫਾਈ ਆ ਅਤੇ ਨਾਲੇ ਲਿਆਉਂਦੇ ਕੋਈ ਨਾ ਕੋਈ ਨਵਾਂ ਸੱਪ ਫੜ ਕੇ ਸੱਪ ਮਤਲਬ ਅਸਲੀ ਦਾ ਸੱਪ ਨਹੀਂ ਬਤਕਾਂ ਬੁਤਕਾਂ ਜਾਂ ਕੁਛ ਨਾ ਕੁਛ ਇੱਦਾਂ ਚਕੋਰਾਂ ਵਗੈਰਾ ਲਿਆਉਂਦੇ ਹੈ ਨਾ ਜਿਹੜਾ ਦਿਲ ਜਿਹਾ ਲਾਈ ਰੱਖੂਗੀਆਂ ਅਤੇ ਨਾਲੇ ਆਹ ਦਰਵਾਜ਼ੇ ਚੇਂਜ ਕਰਕੇ ਲਾਵਾਂਗੇ ਐਂਗਲਾਂ ਦੇ ਅਤੇ ਅੱਜ ਕਰਾਂਗੇ ਅੰਦਰ ਰੰਗ ਬਾਹਰ ਰੰਗ ਕਰਤਾ ਆਪਾਂ ਅਤੇ ਆਹ ਰੰਗ ਰੁੰਗ ਕਰਕੇ ਐਨ ਗੱਲਬਾਜੀ ਬਣਾ ਦਿੱਤੀ ਆ ਹੁਣ ਇਹ ਤੁਸੀਂ ਦੱਸਣਾ ਬਣੀ ਕਿ ਨਹੀਂ ਅਤੇ ਆਹ ਜਿਹੜਾ ਜਾਲ ਆ ਇਹ ਵੀ ਸਫਾ ਸਫਾਈ ਆ ਕਰਕੇ ਅਤੇ ਇੱਥੇ ਬਾਬਿਓ ਚਿੜੀਆਂ ਦਾ ਠੀਕ ਆ ਚਿੜੀਆਂ ਦਾ ਤੋਤਿਆਂ ਦਾ ਉਹਨੂੰ ਵੀ ਟੱਕ ਦਿਆ ਕਰਾਂਗੇ ਅਤੇ ਅਖਬਾੜ ਅੱਜ ਵੇਚਦੇ ਹਾਂ ਜਿੰਨਾ ਅਖਬਾੜ ਵੇਚਾਂਗੇ ਉਹਦੀ ਜਾਲੀ ਜੁਲੀ ਦੇ ਆਵਾਂਗੇ ਹੈ ਨਾ ਨਾ ਹੋਇਆ ਤਾਂ ਬਰੀਕ ਜਾਲੀ ਲਾ ਦਾਂਗੇ ਕਿਉਂਕਿ ਬਿੱਲੀ ਦਾ ਡਰ ਹੁੰਦਾ ਅਤੇ ਮੋਲ ਚਾਲ ਚੈੱਕ ਕਰਕੇ ਜ਼ਰਾ ਦੱਸਿਓ ਅਤੇ ਉੱਤੇ ਵੀ ਚੜ੍ਹਦੇ ਹਾਂ ਉੱਤੇ ਚੜ੍ਹ ਕੇ ਜਾਲ ਦੇ ਅਤੇ ਤੁਹਾਨੂੰ ਆਹ ਛਤਰੀਆਂ ਛਤਰੀਆਂ ਇੱਧਰੋਂ ਦਿਖਾਉਂਦੇ ਵੀ ਆਪਣਾ ਸੈਟਅਪ ਕਿੱਦਾਂ ਦਾ ਹੁਣ ਇੱਥੇ ਖੁੱਡੇ ਆਪਾਂ ਸ਼ੁਰੂ ਕਰ ਦੇਣੇ ਬਸ ਆਹ ਤੋਤਿਆਂ ਲਈ ਅਮਰੂਦ ਕਿਉਂਕਿ ਅਮਰੂਦ ਵਾਧੂ ਲੱਗੇ ਆ ਪੱਕਣ ਡੇ ਆ ਖਰਾਬ ਵੀ ਹੋਣ ਡੇ ਆ ਅਤੇ ਨਾਲ ਲੈਂਦੀਆਂ ਮਿਰਚਾਂ ਅਤੇ ਇਹਨਾਂ ਨੂੰ ਬੁਲਾਉਂਦੇ ਆ ਮਾੜਾ ਮੋਟਾ ਬੋਲਦੀ ਹਜੇ ਮਿੱਠੂ ਮਿੱਠੂ ਕਰਦੀ ਆ ਜਿਹੜੀ ਤੋਤੀ ਆ ਤੋਤਾ ਤਾਂ ਉੱਕਾ ਹੀ ਨਹੀਂ ਬੋਲਦਾ ਬਈ ਉੱਪਰਲਾ ਵਿਹੜਾ ਵੀ ਸਾਫ਼ ਕਰਨ ਵਾਲਾ ਹੋਇਆ ਆਪਣਾ ਆਹ ਲੋ ਵੀ ਬੱਚੇ ਬਹਿਣ ਲੱਗ ਪਏ ਡੰਡਿਆਂ ਦੇ ਉੱਤੇ ਪਹਿਲਾਂ ਨਹੀਂ ਸੀ ਬਹਿੰਦੇ ਇਹ ਯਾਰ ਪਰ ਬਾਲੇ ਝਾੜਦੇ ਆ ਆਹ ਮਿੱਟੀ ਪਾਈ ਆ ਸਾਫ਼ ਕਰਕੇ ਪਰਸੋਂ ਦੀ ਗੱਲ ਆ ਅੱਜ ਫੇਰ ਉਨਾ ਹੀ ਗੰਦ ਅਤੇ ਚੋ ਬਾਬੇ ਬੱਚਿਆਂ ਬੁੱਚਿਆਂ ਦਾ ਚੇਤਾ ਭੁੱਲ ਗਿਆ ਕਿਹੜੇ ਕਿਹੜੇ ਜੋੜੇ ਦਾ ਆਪਾਂ ਨੂੰ ਕੋਈ ਚੇਤਾ ਨਹੀਂ ਥੋੜ੍ਹਿਆਂ ਦਾ ਚੇਤਾ ਥੋੜ੍ਹਿਆਂ ਦਾ ਨਹੀਂ ਚੇਤਾ ਨਾ ਤਾਂ ਉਹ ਬੱਚੇ ਦਾ ਚੇਤਾ ਆਪਾਂ ਨੂੰ ਕਿਹੜਾ ਜੋੜੇ ਦਾ ਆਵਲਾ ਇਹ ਆਵਲਾ ਹੋਰ ਬਾਬਿਓ ਕੀ ਹਾਲ ਚਾਲ ਲੋ ਬਾਬਿਓ ਅੱਜ ਆਇਆ ਸ਼ੀਲੇ ਦੇ ਘਰੇ ਅਤੇ ਇਹਨੇ ਕਬੂਤਰ ਦਿੱਤੇ ਛੱਡ ਕੁੱਕੜ ਰੱਖ ਲਏ ਹੁਣ ਦੋ ਆਹ ਮੁਰਗੀਆਂ ਆ ਸ਼ਾਹ ਮੁਰਗਾ ਲਿਆਂਦਾ ਹੁਣ ਅਤੇ ਨਾਲੇ ਕਮੈਂਟ ਕਰਕੇ ਦੱਸਿਓ ਵੀ ਮੁਰਗੇ ਅਤੇ ਮੁਰਗੀਆਂ ਕਿੱਦਾਂ ਲੱਗੇ ਯਾਰ ਮੈਨੂੰ ਫੈਂਸੀ ਲੱਗਦਾ ਇਹ
ਇੱਕ ਆਇਆ ਵੀ ਸ਼ੇਰ ਤੇ ਆ ਜੋੜਾ ਚੈੱਕ ਕਰਕੇ ਦੱਸਿਓ ਮੁਰਗਿਆਂ ਦਾ ਬਾਬਿਓ ਕਿੱਦਾਂ ਲੱਗਾ। ਤੇ ਆਹ ਮਾਦੀਆਂ ਵੀ ਪਈਆਂ, ਇਹ ਵੀ ਉੱਧਰ ਹੀ ਜਾਣੀਆਂ ਭਗਤਣੀਆਂ, ਹਜੇ ਇੱਥੇ ਕੱਢਣਗੀਆਂ ਸਿਆਲ ਸਿਆਲ। ਤੇ ਇੱਕ ਆ ਜੋੜਾ ਬਾਬਿਓ, ਹੈਂ ਤੇ ਆਹ ਮੁਰਗਾ ਵੀ ਦੱਸਿਓ ਬਾਬਿਓ ਕਿੱਦਾਂ ਲੱਗਾ। ਬਾਬਿਓ ਕਹਿੰਦੇ ਹਥਿਆਰ ਤਿੱਖੇ ਕਰੀ ਜਾਂਦੇ, ਇਹ ਮਰਾਉਣ ਗਏ ਉਦਨ ਨੂੰ, ਹੈ ਓਏ ਸਾਲੇ ਮਾਰੋਂਗੇ ਤੁਸੀਂ। ਤਿੱਖਾ ਪੂਰਾ ਕਰਤਾ ਕਹਿੰਦਾ, ਪਤਾ ਨਹੀਂ ਕਿੱਦਾਂ ਕਹਿੰਦਾ ਹੁੰਦਾ ਕਿ ਆਪਾਂ ਜੀ ਵੀਡੀਓ ਜੀ ਦੇਖੀ, ਉਹ ਕਹਿੰਦਾ ਤਿੱਖਾ ਪੂਰਾ ਕਰਤਾ, ਪਤਾ ਨਹੀਂ ਇੱਦਾਂ ਕੋਈ ਕਹਿੰਦਾ ਹੁੰਦਾ ਕੋਈ ਕਹਿੰਦਾ ਵਧੀਆ ਬਣਦਾ ਉਹਦਾ। ਇਹਦੀ ਭੈਣ ਕਿਉਂ ਮਰਾਉਣਾ ਗਰੀਬ ਕਿਸੇ ਦਾ। ਆਹ ਦੇਖ ਲਓ ਬਾਬੇ ਕਾਤੀ ਲੱਭ ਹੁੰਦੇ, ਇਹਨਾਂ ਨੇ ਮੁਰਗਾ ਮਾਰਨਾ ਕਿਸੇ ਨਾ ਕਿਸੇ ਦਾ ਸਾਲ ਲੜਾ ਕੇ। ਉਹ ਹੁਣ ਤਾਂ ਨਹੀਂ ਦੰਦੀਆਂ ਵੜਦਾ ਇਹ, ਗਗਨ ਤੇਰੇ ਵੱਲ ਵੀ ਕਿਸੇ ਦਿਨ ਵੀਡੀਓ ਬਣਾਈ ਹੋਵੇ। ਆਜੋ ਭਾਜੀ ਹੁਣ ਮੋਸਟ ਵੈਲਕਮ ਆ ਜਦੋਂ ਤੁਸੀਂ ਕਹੋ ਉਦੋਂ। ਕੰਡਾ ਸਿੱਧਾ ਜਾ ਅੰਦਰ ਹੀ ਜਾਵੇ ਭਾਜੀ, ਜਿਸ ਹਿਸਾਬ ਨਾਲ ਤਦੀ ਮੈਂ ਸਿੱਧਾ ਬਣਾ। ਆ ਦੇ ਆ ਦੇ ਆਏ ਕੀ ਕਹਿੰਦਾ ਅੰਦਰ ਹੀ ਜਾਵੇ ਸਿੱਧਾ ਕੰਡਾ ਇਹ ਲੜਾਉਣਾ ਹੁਣ। ਆ ਉਹ ਮੈਂ ਆ ਸਿੱਧਾ ਕਰ ਦਵਾਂ ਕਿਤਾ ਬਿੰਗਾ, ਇਹਨੇ ਸਿੱਧੇ ਹੀ ਬਣਾਉਣੇ ਭਾਜੀ ਸਿੱਧੇ, ਇਹ ਪਿੱਛੇ ਸ਼ੇਪ ਜੀ ਬਣਦੀ ਹੁੰਦੀ ਜਿੱਦਾਂ। ਲਓ ਵੀ ਬਾਬਿਓ ਹਿਮਾਲਿਆ ਦੀ ਲੀਵਰ 52 ਇਹ ਲਿਆਏ ਆਪਾਂ ਇੱਕ ਕਬੂਤਰਾਂ ਲਈ ਅੱਜ, ਅਤੇ ਇੱਕ ਆਇਆ ਬਾਬਿਓ RBC ਇਹ ਹੈਗੀ ਆ ਬਲੱਡ ਵਧਾਉਂਦੀ, ਜਿੱਦਾਂ ਬਲੱਡ ਦੀ ਕਮੀ ਆ ਜਾਂਦੀ ਨਾ ਆਪਣੇ ਆ ਭੱਬੂ ਭੱਬੂ ਜਿਹੇ ਹੁੰਦੇ ਕਈ ਵੇਲੇ ਪੀਂਦੇ ਅਤੇ ਉਹ ਆਉਣ ਨਹੀਂ ਦਿੰਦੀ ਹੈ ਨਾ, ਇੱਕ ਇਹ ਲਿਆਂਦੀ ਆ ਅਤੇ ਇੱਕ ਬਾਬਿਓ ਆਹ ਵਿਟਾਮਿਨ H ਜਿਹੜੀਆਂ ਮਾਦੀਆਂ ਅੰਡੇ ਉਂਡਿਆਂ ਤੋਂ ਬੰਦ ਹੋ ਜਾਂਦੀਆਂ ਇਹ ਉਹਦੇ ਲਈ ਬਹੁਤ ਬੈਸਟ ਆ। ਅਤੇ ਆਹ ਬਾਬਿਓ ਬਰੂਟਨ ਇਹ ਠੰਡ ਠੁੰਡ ਤੋਂ ਬਚਾ ਕੇ ਰੱਖਦੀ, ਬਿਮਰਲ ਵੀ ਪਾ ਸਕਦੇ ਹਾਂ ਉਹਦਾ ਵੀ ਵਧੀਆ, ਬਿਮਰਲ ਵੀ ਵਧੀਆ, ਬਿਮਰਲ ਥੋੜ੍ਹੀ ਜਿਹੀ ਗਰਮ ਹੁੰਦੀ ਹੈ ਥੋੜ੍ਹੀ ਘੱਟ ਗਰਮ ਹੁੰਦੀ ਹੈ। ਆਇਓ ਬਾਬਿਓ ਆਹ ਬਾਲਟੀ ਦੇ ਵਿੱਚ ਘੋਲਦੇ ਹਾਂ ਅਤੇ ਫਿਰ ਪਾਉਂਦੇ ਹਾਂ ਸਾਰਿਆਂ ਕਬੂਤਰਾਂ ਨੂੰ ਕੂਡੇ ਧੋ ਧੂ ਕੇ ਚੰਗੀ ਤਰ੍ਹਾਂ ਫਿਰ ਪਾਉਂਦੇ ਹਾਂ ਅਤੇ ਆਇਓ ਫਿਰ ਬਾਬਿਓ ਦਾਣੇ ਦੂਣੇ ਪਾ ਕੇ ਮਿਲਦੇ ਹਾਂ ਅਤੇ ਨਾਲੇ ਛੱਡਦੇ ਹਾਂ ਬੱਚੇ। ਲਓ ਫਿਰ ਬਾਬਿਓ ਕਰਦੇ ਹਾਂ ਵੀਡੀਓ ਦੀ ਸਟਾਰਟਿੰਗ, ਆ ਜਾਓ ਫਿਰ ਬਾਬਿਓ ਅੱਜ ਕੱਪੜੇ ਕੁੱਪੜੇ ਲਾਈਏ ਟਕੇ ਸੀ ਰਾਤ ਅਤੇ ਨਾਲੇ ਲਾਉਂਦੇ ਹਾਂ ਜਾਲਾਂ ਜੂਲਾਂ 'ਚ ਜਿਹੜੇ ਵੀ ਬੱਚੇ ਆਪਣੇ ਵੱਡੇ ਵੀ ਆ ਢਾਂਗੀਆਂ ਲੱਗੇ ਉਹ ਵੀ ਪਾਉਂਦੇ ਹਾਂ ਜਾਲਾਂ ਦੇ ਵਿੱਚ ਅਤੇ ਨਾਲੇ ਛੱਡਦੇ ਹਾਂ ਬੱਚੇ ਅਤੇ ਇੱਕ ਬੱਚਾ ਬਾਬਿਓ ਆਪਣਾ ਤੀਜਾ ਦਿਨ ਬਾਹਰ ਆ ਉਹ ਟਾਵਰ 'ਤੇ ਰਹਿੰਦਾ ਅਤੇ ਪਤਾ ਨਹੀਂ ਬਾਬਿਓ ਅੱਜ ਫਿਰਦਾ ਸੀ ਹੁਣ ਆਉਂਦਾ ਜਾਂ ਨਹੀਂ ਆਉਂਦਾ, ਦੋ ਬੱਚੇ ਗਵਾਚ ਗਏ ਆਪਣੇ ਅਤੇ ਕੁੱਕੜ ਕੁੱਕੜੀਆਂ ਵੀ ਖੋਲਦੇ ਹਾਂ ਬਾਅਦ 'ਚੋਂ, ਪਹਿਲਾਂ ਲਾਉਂਦੇ ਹਾਂ ਝਾੜੂ, ਝਾੜੂ ਲਾਉਣ ਤੋਂ ਬਾਅਦ ਆਪਾਂ ਬਤਕਾਂ ਦੇਖੀਆਂ ਇੱਕ ਜੋੜਾ, ਜੇ ਗੱਲ ਬਣੀ ਤਾਂ ਬਤਕਾਂ ਲੈ ਕੇ ਫਿਰਦੇ ਮਾਹੌਲ ਦੇ ਵਿੱਚ ਦੱਸਿਓ ਖੁੱਡੇ ਆਪਣੇ ਕਿੱਦਾਂ ਦੇ ਲੱਗਦੇ ਟਕੇ ਹੋਏ ਉਹ ਲਾ ਦਿਆਂਗੇ ਕੰਬਲ। ਅਤੇ ਅੱਜ ਮੇਰੀ ਸਲਾਹ ਬਣਦੀ ਵੀ ਜਿਹੜੀਆਂ ਜਾਲੀਆਂ ਨਾ ਆਪਾਂ ਬਰਾਊਨ ਕੀਤੀਆਂ ਇਹ ਜੈਲੋ ਕਰ ਦਈਏ, ਪੀਲੀਆਂ ਹੀ ਮਤਲਬ ਆ ਪੀਲਾ ਰੰਗ ਕਰ ਦਈਏ ਜਿੱਦਾਂ ਇਹਨੂੰ ਕੀਤਾ ਸੀ, ਪਰ ਇਹ ਤਾਂ ਗੰਦਾ ਜਿਹਾ ਹੋ ਗਿਆ ਨਾ, ਇਹ ਵੀ ਦੁਬਾਰਾ ਕਰਾਂਗੇ ਕਿ ਬਰਾਊਨ ਕਰੀਏ, ਕਮੈਂਟ ਕਰਕੇ ਜ਼ਰੂਰ ਦੱਸਿਓ। ਅੱਜ ਆਪਾਂ ਵੀਡੀਓ ਪਾ ਦਿਆਂਗੇ, ਕੱਲ੍ਹ ਨੂੰ ਰੰਗ ਕਰਾਂਗੇ।
ਤੁਹਾਡੇ ਕਮੈਂਟ ਪੜ੍ਹ ਕੇ ਸੋਹਣੇ ਸੋਹਣੇ ਕਮੈਂਟ ਕਰਿਓ ਅਤੇ ਫਿਰ ਉਸ ਹਿਸਾਬ ਨਾਲ ਆਪਾਂ ਰੰਗ ਕਰਾਂਗੇ। ਆ ਜਾਓ ਫਿਰ ਬਾਬਿਓ, ਬੱਚੇ ਛੱਡਦੇ ਹਾਂ, ਨਾਲੇ ਲਾਉਂਦੇ ਹਾਂ ਝਾੜੂ ਅਤੇ ਫਿਰ ਦੱਸਦੇ ਹਾਂ ਅੱਜ ਦੀ ਕਾਰਵਾਈ। ਬਾਬਿਓ ਅਤੇ ਬਾਬਿਓ ਗੰਦ ਚੈੱਕ ਕਰਿਓ ਅਤੇ ਗੰਦ ਕਰਦੇ ਹਾਂ ਸਾਫ਼। ਲਓ ਵੀ ਬਾਬਿਓ ਵੀ ਹੋ ਗਈ ਸਫਾਈ, ਬਾਬਿਓ ਆਹ ਵੀ ਇਕੱਠਾ ਕਰ ਲਿਆ, ਇੱਧਰੋਂ ਇੱਧਰੋਂ ਕਰ ਲਈ ਸਫਾਈ। ਅਤੇ ਇੱਧਰੋਂ ਹੁਣ ਆਪਾਂ ਜਿਹੜੇ ਤੋਤੇ ਆ ਇਹਨਾਂ ਨੂੰ ਕੱਢਦੇ ਹਾਂ ਬਾਹਰ, ਤੋਤੇ ਤੋਤੀਆਂ ਨੂੰ, ਛੋਟੀਆਂ ਨੂੰ ਵੀ ਵੱਡੀਆਂ ਨੂੰ ਵੀ ਅੱਜ ਦੇਖਦੇ ਇਹਨਾਂ ਦਾ ਵੀ ਖੁੱਡਾ ਬਣਾਵਾਂਗੇ ਹੈ ਨਾ। ਅਤੇ ਇਹਨਾਂ ਨੂੰ ਕੱਢਦੇ ਹਾਂ ਧੁੱਪੇ ਅਤੇ ਬਾਬਿਓ ਆਹ ਵੀ ਸਫਾਈ ਕਰਕੇ ਅਤੇ ਅਟਰਮੀਆਂ ਅਟਰਮੀਆਂ ਜੋ ਵੀ ਵਾਲਾ ਆਪਾਂ ਬਾਹਰ ਕੱਢ ਦਿਆਂਗੇ ਅਤੇ ਇਹਨੂੰ ਰੰਗ ਕਰਦੇ ਹਾਂ ਅੰਦਰੋਂ। ਅੱਜ ਰੰਗ ਰੁੰਗ ਕਰਕੇ ਸਾਰਾ ਹੀ ਵਾਈਟ ਰੰਗ ਦਾ ਆਇਆ ਸੀ, ਪਰ ਬਾਬਿਓ ਆਪਣੇ ਕੋਲ ਰੰਗ ਬਚਿਆ ਵਾਈਟ ਜਿਹਾ ਹੀ ਲੱਗਦਾ ਹੈ ਨਾ, ਆਹ ਵਾਲਾ ਇਹੀ ਕਰ ਦਿੰਦੇ ਆਪਾਂ ਵੀ ਵਾਈਟ ਹੀ ਲੱਗਦਾ, ਕਰੀਮ ਜਿਹਾ ਸਕਿਨ ਜਿਹਾ ਕਲਰ ਆ, ਇਹੀ ਚੱਕ ਦਿੰਦੇ ਹਾਂ ਅੰਦਰ, ਸਾਰੇ ਸਫਾਈ ਜੀ ਹੋ ਜੂਗੀ। ਅਤੇ ਆਇਓ ਬਾਬਿਓ ਕਰਦੇ ਹਾਂ ਰੰਗ। ਅਤੇ ਬਾਬਿਓ ਵੱਲੋਂ ਲਿਆ ਕੇ ਪਾਲਕ, ਧਨੀਆ ਅਤੇ ਗਾਜਰਾਂ ਦੇ ਪੱਤੇ ਅਤੇ ਮੇਥੀ ਇਹ ਚਿੜੀਆਂ ਨੂੰ ਪਾ ਦਿੱਤੇ, ਦੇਖੋ ਕਿੰਨਾ ਖੁਸ਼ ਹੋ ਕੇ ਖਾਣ ਡਈਆਂ। ਅਤੇ ਤੋਤਿਆਂ ਨੂੰ ਪਾ ਦਿੱਤੇ ਬਾਬਿਓ ਅਮਰੂਦ ਅਤੇ ਸੂਰਜਮੁਖੀ ਦੇ ਬੀਜ, ਇਹਨਾਂ ਨੂੰ ਪਾਉਂਦੇ ਹਾਂ ਪਾਣੀ ਅਤੇ ਦਿਨ ਬਹੁਤ ਸੋਹਣਾ ਲੱਗ ਗਿਆ ਅਤੇ ਬੱਚੇ ਕੱਢਦੇ ਹਾਂ ਬਾਬਿਓ, ਦਿਨ ਬੱਚੇ ਕੱਢਣ ਵਾਲਾ ਅੱਜ। ਲਓ ਵੀ ਬੱਚੇ ਕੱਢਦੇ ਹਾਂ, ਦਿਨ ਬਹੁਤ ਘੈਂਟ ਅੱਜ, ਕੱਪੜਾ ਲਾ ਦਿੰਦੇ ਹਾਂ, ਇਹ ਤਾਂ ਆਪਾਂ ਰਹਿ ਨਹੀਂ ਦਈਏ, ਇਹ ਆਪਾਂ ਬੰਦ ਹੀ ਸ਼ਾਮ ਨੂੰ ਕਰਨਾ, ਖੁੱਡਾ ਖੁੱਲ੍ਹਾ ਹੀ ਰਹਿਣਾ ਸਾਰੀ ਜਿਹੜੀ ਦਰਵਾਜ਼ਾ ਇਹਦਾ। ਅਤੇ ਆ ਜਾਓ ਫਿਰ ਬਾਬਿਓ ਬੱਚੇ ਕੱਢੀਏ, ਢੰਗੀਆਂ ਢੁੰਗੀਆਂ ਦੇਖ ਲਓ। ਅਤੇ ਮਾਸੀ ਦੇਖ ਲਈਏ ਕਿਤੇ ਬੈਰੀ ਬੁਰੀ ਲਾਗੇ ਛੱਗੇ ਤਾਂ ਨਹੀਂ ਬੈਠੀ, ਕਿਉਂਕਿ ਅਟੈਕ ਬੜੀ ਜਲਦੀ ਕਰਦੀ ਬਾਬਿਓ। ਆ ਜਾਓ ਫਿਰ ਬੱਚੇ ਕੱਢ ਦਈਏ। ਇੱਥੇ ਯਾਰ ਬੱਚੇ ਬਾਬਿਓ ਦੋ ਤਿੰਨ ਨਵੇਂ ਆ ਅਤੇ ਉਹ ਖਰਾਬ ਕਰਨਗੇ ਅੱਜ ਜੇ ਆਪਾਂ ਇੱਦਾਂ ਹੀ ਕੱਢੇ। ਜਿਹੜੇ ਬੱਚੇ ਆਪਾਂ ਤੰਗ ਕਰਦੇ ਸੀ ਨਵੇਂ ਉਹ ਇੱਥੇ ਡੱਕ ਲਿਆ, ਅਤੇ ਇੱਕ ਨੂੰ ਕੱਢਣਾ, ਦੋ ਹੈਗੇ ਬੱਚੇ ਇਹ ਕੱਢ ਦੇਣੇ ਆ, ਬਹਿਣਗੇ ਬਹਿਣਗੇ ਨਹੀਂ ਤਾਂ ਨਾ ਸੀ ਹੈ ਨਾ, ਚੱਕ ਦਿੰਦੇ ਹਾਂ ਫਿੱਟੇ, ਉੱਦਾਂ ਵੀ ਖਰਾਬ ਹੋਈ ਹੈ ਬਾਬਿਓ। ਆਇਓ ਫਿਰ ਕੱਢੀਏ ਬਾਹਰ। ਚਲੋ ਵੀ ਚਲੋ 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 ਓਹੋ, ਇਕੱਲਾ ਇਕੱਲਾ ਨਹੀਂ ਬਿਠਾਈਦਾ, ਸਾਰੇ ਬਾਹਰ ਕੱਢ ਦਈਦੇ ਆ, ਬੱਚੇ ਮਿਲ ਲਈ ਮਾੜੇ ਜਿਹੇ। ਇਹ ਹੈਗੇ ਆਪਣੇ, ਲਓ ਵੀ ਬਾਬਿਓ 24 ਬੱਚੇ ਆ, ਦੋ ਜਾਲ 'ਚ 26 ਹੋ ਗਏ। ਬਾਲਾ ਗਰਦ ਠੋਂਦੇ ਆ ਵੀ, ਹੁਣ ਮਿੱਟੀ ਪਾਈ ਹੋਈ ਨਾ ਵਿੱਚ ਆਪਾਂ, ਸੁੱਕ ਗਈ ਆ। ਚਲੋ ਚਲੋ ਲਓ ਵੀ ਬਹਿ ਗਏ ਸਾਰੇ ਢੰਗੇ ਢੁੰਗਿਆਂ 'ਤੇ ਚੜ੍ਹ ਕੇ, ਕੁਛ ਕੁੱਢ ਗਏ ਆ। ਆ ਰਹਿ ਗਏ ਚਾਰ ਥੱਲੇ ਬੈਠੇ, ਇਹਨਾਂ ਨੂੰ ਵੀ ਡਾ ਦਿੰਦੇ ਹਾਂ। ਚਲੋ ਬਾਈ ਆ ਸ਼ਲਾਰੂ ਜਿਹਾ ਰਹਿ ਗਿਆ, ਇਹ ਲੱਗਾ ਨਹੀਂ ਢਾਂਗੀ 'ਤੇ। ਚਲੋ ਜੀ ਇਹ ਨਹੀਂ ਹੱਥ ਆਉਂਦਾ ਜੀ ਸ਼ਾਮਾਂ ਤੱਕ, ਹੋ ਗਿਆ ਬਈ। ਆਤਵਾਜ਼ੀਆਂ ਲਿਆ ਕੇ ਬਾਬੇ ਉਹ ਰੱਖ ਲਈਏ ਕੋਲ, ਬੱਚੇ 12-13 ਉੱਡ ਗਏ ਆ, ਕੁਛ ਕੁ ਬੈਠੇ ਆ, ਬਾਕੀ ਉੱਡ ਗਏ ਆ। ਅਤੇ ਆ ਕੱਪੜੇ ਕੁੱਪੜੇ ਲਾ ਦਿੰਦੇ ਹਾਂ ਅਤੇ ਆ ਖੁੱਡੇ ਦੀ ਸਫਾਈ ਕਰਦੇ ਹਾਂ। ਆਇਓ ਫਿਰ ਬਾਬੇ ਮਿਲਦੇ ਹਾਂ ਸਫਾਈ ਕਰਕੇ। ਹਾਂਜੀ ਬਾਬੇ ਕੀ ਹਾਲ ਚਾਲ ਆ? ਲਓ ਜੀ ਬਾਬੇ ਕਬੂਤਰ ਬੱਚੇ ਉੱਡੀ ਜਾਂਦੇ ਆ, ਸਵੇਰ ਦੇ ਕੱਢੇ ਆਪਾਂ ਅਤੇ ਉਹ ਖੜੇ ਉੱਤੇ, ਪਤਾ ਨਹੀਂ ਤੁਹਾਨੂੰ ਦੀਜੇ ਕਿ ਨਹੀਂ ਦੀਜੇ। ਇਹ ਆਹ ਲਾ ਚਾਰ ਬੱਚੇ ਆ, ਬਾਹਲੇ ਉੱਚੇ ਖੜੇ ਆ, ਦੋ ਤਾਂ ਦੀਦੇ ਨਹੀਂ ਬਹੁਤ ਉੱਚੇ ਆ, ਦੋ ਮਾੜੇ ਮਾੜੇ ਦੀਦੇ ਆ ਵਾਲੇ ਗਏ, ਬਹੁਤ ਉੱਚੇ ਆ ਬਈ। ਅੱਜ ਬਹਿੰਦੇ ਤਾਂ ਦਿਖਾਉਂਦੇ ਹਾਂ ਕਿਹੜੇ ਕਿਹੜੇ ਬੱਚੇ, ਦੋ ਆਪਣੇ ਬੱਚੇ ਹੁਣੇ ਬੈਠੇ ਆ, ਆ ਚੀਨਾ ਆ ਇੱਥੇ ਹੁਣ, ਅਤੇ ਪਰਲੇ ਬੰਨੇ ਬਹਿ ਗਿਆ ਆਹ ਵਾਲਾ, ਇਹ ਵੀ ਹੁਣੇ ਉਤਰਿਆ ਆ। ਅਤੇ ਇੱਕ ਨਾ ਕੂਲਰ ਵਿਕਦਾ ਸੀ ਅਤੇ ਉਹ ਹੈਗਾ ਮਤਲਬ ਵਧੀਆ ਸੀਗਾ ਰੰਗ ਰੁੰਗ, ਉਹਦੇ ਵਿੱਚ ਮੋਟਰ ਮੋਟਰ ਕੋਈ ਨਹੀਂ ਗੀ, ਆਪਾਂ ਉੱਥੋਂ ਕਵਾੜੀਏ ਤੋਂ ਲਿਆ ਲੈ।
ਅਤੇ ਸਾਫ਼ ਹੈ, ਇਹਨੂੰ ਰੰਗ ਕਰਕੇ ਨਾ ਇਹਦੀਆਂ ਜਿਹੜੀਆਂ ਬਾਰੀਆਂ ਸ਼ੀਸ਼ੇ ਵੱਢ ਕੇ ਆ ਜਾਲੀ ਪਈ ਜਾਲੀ ਲਾ ਕੇ ਉਹਨੂੰ ਰੰਗ ਕਰ ਦੇਣਾ ਅਤੇ ਉਹ ਆਪਾਂ ਚਿੜੀਆਂ ਦਾ ਬਣਾ ਦੇਣਾ ਘਰ, ਜਿੜੀਆਂ ਰਹਿਣਗੀਆਂ ਆਪਣੀਆਂ ਉੱਥੇ, ਅਤੇ ਚਾੜਦੇ ਉਹਨੂੰ ਉਹਦੇ ਜੋਗੀ ਜਾਲੀ ਆਪਣੇ ਕੋਲ ਹੈਗੀ, ਬੜਾ ਸੋਹਣਾ ਬਣ ਜਾਣਾ ਆਪਣਾ ਜਗਾੜ ਉਹ। ਅਤੇ ਲੋ ਬਾਬੇ ਉਹਨੂੰ ਬਣਾਉਂਦੇ ਹਾਂ ਅਤੇ ਫਿਰ ਬਾਕੀ ਦੀ ਗੱਲਬਾਤ ਦੱਸਦੇ ਹਾਂ ਬਾਅਦ 'ਚੋਂ। ਲੋ ਬਾਬੇ ਆ ਕਬਾੜੀਏ ਕੋਲ ਸੀਗਾ ਕੂਲਰ, ਅਤੇ ਕੂਲਰ ਲਿਆ ਆਪਾਂ ਲੈ, ਅਤੇ ਵੱਡਾ ਕੂਲਰ ਆ ਇਹ, ਅਤੇ ਇਹਦੇ ਜਿਹੜੇ ਆ ਜਾਲੀਆਂ ਜੁਲੀਆਂ ਸੀ ਉਹਤੀਆਂ ਵੱਢ ਕੇ, ਅਤੇ ਆਪਾਂ ਲੱਗੇ ਹਾਂ ਤਾਂ ਜਗਾੜ ਬਣਾਉਣ, ਦੇਖਦੇ ਹਾਂ ਵਧੀਆ ਬਣਦਾ ਚਿੜੀਆਂ ਵਾਸਤੇ, ਕਿਉਂਕਿ ਚਿੜੀਆਂ ਬਹੁਤ ਵਧੀਆ ਇਹ 'ਚ ਖੁੱਲੀਆਂ ਰਹਿਣਗੀਆਂ, ਆਪਾਂ ਇੰਨੀਆਂ ਕੁ ਰੱਖਣੀਆਂ ਜਾਲੀ ਦਾ ਦਿੱਤੀ ਮੈਂ ਇਹਦੇ, ਠੀਕ ਹੈ ਇੱਧਰ ਹੁਣ ਜਦੋਂ ਇਹਦਾ ਰੰਗ ਹੋ ਗਿਆ ਪਤਾ ਨਹੀਂ ਲੱਗਣਾ ਕੀ ਆ, ਅਤੇ ਇਹਦੇ ਲਾਵਾਂਗੇ ਇੱਧਰ ਵੀ ਜਾਲੀ ਲਾ ਦਿੱਤੀ, ਇੱਧਰ ਵੀ ਜਾਲੀ ਲਾ ਦੇਣੀ, ਇੱਧਰ ਦਰਵਾਜ਼ਾ ਅਤੇ ਉਹ ਪਿਛਲੇ ਬੰਨੇ ਵੀ ਜਾਲੀ ਲਾ ਦਾਂਗੇ, ਹੈ ਨਾ, ਜਿਹਦੇ ਨਾਲ ਦੀ ਟੀਨ ਮਿਲ ਜਾਂਦੀ ਉਹ ਵੀ ਪੂਰੀ ਦੀ ਪੂਰੀ ਉੱਧਰ ਲਾ ਦਾਂਗੇ, ਪਰਲੇ ਬੰਨੇ ਬੰਦ ਹੋ ਜੂਗਾ, ਅਤੇ ਇਹਨੂੰ ਰੰਗ ਕਰਕੇ ਬਾਬੇ ਲੋ ਵੀ ਆਪਣਾ ਚਿੜੀਆਂ ਦਾ ਬਣ ਗਿਆ। ਆਪਾਂ ਕਿਹੜਾ ਜ਼ਿਆਦਾ ਰੱਖਣੀਆਂ, 5-6 ਰੱਖੀਆਂ ਇੰਨੀਆਂ ਕੁ ਬਹੁਤ ਆ, ਹੈ ਨਾ, ਜਾਂ ਤੋਤੇ ਵਾੜ ਦਿਆਂਗੇ ਇਹਦੇ 'ਚ, ਤੋਤੇ ਵੀ ਖੁੱਲ੍ਹੇ ਡੁੱਲੇ ਰਹੂਗੇ, ਪੂਛਾਂ ਪਛਾਂ ਨਹੀਂ ਟੁੱਟਣਗੀਆਂ। ਫਿਰ ਬੱਚੇ ਬਾਬੇ ਲਾਪੇ ਜਾਣ ਖੁੱਡੇ 'ਚ, ਖੁੱਡੇ ਖੋਲ੍ਹ ਅਤੇ ਆਪਾਂ ਬੈਠੇ ਉੱਪਰ, ਕੁਛ ਆ ਗਏ ਉੜ ਕੇ, ਟਾਈਮ ਹੋ ਗਿਆ 1:30-2 ਦਾ, ਜਿਹੜੇ ਕਿ ਉੜਦੇ ਸੀਗੇ 2 ਰਹਿ ਗਏ ਉੜਦੇ, ਬਾਕੀ ਬਹਿ ਬੂ ਗਏ ਆ, ਅਤੇ ਆਪ ਹੀ ਜਾਈ ਜਾਂਦੇ ਵਿੱਚ, ਉੱਤੋਂ ਖੁੱਡਾ ਖੁੱਲ੍ਹਾ ਆ ਦਰਵਾਜ਼ਾ ਅਤੇ ਜਾਈ ਜਾਂਦੇ ਵਿੱਚ, ਅਤੇ ਆਪਣੀ ਤੋਤੀ ਬਹੁਤ ਗੱਲਾਂ ਕਰਦੀ ਆ, ਤੋਤਾ ਨਹੀਂ ਕਰਦਾ, ਕਰਦੀ ਇਹ ਵੀ ਮਿੱਠੂ ਮਿੱਠੂ ਜਾਂ ਹੋਰ ਕੁਛ ਨਹੀਂ ਕਰਦੀ, ਮਿੱਠੂ ਮਿੱਠੂ ਜਾਂ ਸੀਟੀਆਂ ਸੂਟੀਆਂ ਮਾਰਦੀ ਹਜੇ, ਆਹ ਖਿਲਾਰੀ ਜਾਂਦਾ ਦਾਣੇ। ਇੱਧਰੋਂ ਇੱਧਰੋਂ ਸਾਫ਼ ਸੂਫ ਕਰਕੇ ਮੁਰਗੀਆਂ ਦਿੱਤੀਆਂ ਖੋਲ, ਅਤੇ ਸਵੇਰੇ ਇੱਕ ਵਾਰੀ ਦਾਣਾ ਪਾ ਦਿੱਤਾ ਸੀ ਇਹਨਾਂ ਨੂੰ, ਫਿਰ ਬੰਦ ਕਰਤੀਆਂ ਸੀ, ਹੁਣ ਇੱਧਰ ਹੀ ਦਾਣਾ ਪਾ ਕੇ ਇੱਥੋਂ ਇਹਨਾਂ ਨੂੰ ਫੇਰ ਬੰਦ ਕਰ ਦਾਂਗੇ ਆਪਾਂ, ਬਾਅਦ 'ਚ ਇੱਥੋਂ ਬੰਦ ਕਰ ਦੇਣੀਆਂ ਨਹੀਂ, ਇੱਥੇ ਖੁੱਲੀਆਂ ਰਿਹਾ ਕਰਨ ਇੰਨੀ ਕੁ ਜਗ੍ਹਾ 'ਚ, ਅਤੇ ਉੱਧਰ ਪਰਲੇ ਬੰਨੇ ਵੀ ਚੱਲ ਜਾ ਕਰੂਗੀਆਂ, ਅਤੇ ਇੱਥੇ ਸਾਫ਼ ਸੁਥਰੀਆਂ ਜਿਹੀਆਂ ਲੱਗਦੀਆਂ, ਦੇਖੋ ਸਾਫ਼ ਸੂਫ ਕਰਤਾ ਆਪਾਂ ਸਾਰਾ ਹੀ, ਅਤੇ ਹੁਣ ਇਹਨਾਂ ਦੇ ਵਿੱਚ ਹੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਬਤਕਾਂ ਜੇ ਆਪਾਂ ਇਹਨਾਂ ਦੇ ਵਿੱਚ ਛੱਡੀਏ ਉਹ ਰਹਿ ਲੈਣਗੀਆਂ, ਮੈਨੂੰ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਜੀ। ਆਹ ਕਰਤਾ ਬਾਬੇ ਉਹ ਰੈਡੀ ਆਪਾਂ, ਅਤੇ ਇੱਧਰ ਦਰਵਾਜ਼ਾ ਲਾ ਦੇਣਾ ਹੁਣ, ਉਹ ਬਣਿਆ ਪਿਆ, ਚੈੱਕ ਕਰੋ ਯਾਰ, ਆਪਾਂ ਲਾ ਕੇ ਸਕਰੂ ਕਸਤੀ ਜਾਲੀ, ਅਤੇ ਇਹਨੂੰ ਕਰਦੇ ਹਾਂ ਹੁਣ ਰੰਗ, ਅਤੇ ਦੱਸਿਓ ਨਾਲੇ ਕਿੱਦਾਂ ਦਾ ਬਣਿਆ, ਜਗਾੜ ਸਹੀ ਆ ਆਪਣਾ, ਜਦੋਂ ਰੰਗ ਕਰਤਾ ਇਹ ਪਤਾ ਨਹੀਂ ਲੱਗਣਾ ਕੂਲਰ ਆ ਜਾਂ ਕੀ ਆ, ਨਵਾਂ ਹੀ ਬਣ ਜਾਣਾ ਇਹ, ਇਹਨੂੰ ਕਰਦੇ ਹਾਂ ਰੈਡੀ। ਅਤੇ ਚਿੜੀਆਂ ਦਾ ਇਹਨਾਂ ਦੇ ਖਾਨੇ ਖੁੰਨੇ ਵੀ ਕੱਲ੍ਹ ਨੂੰ ਇੱਧਰ ਲਾ ਕੇ, ਅਤੇ ਪਾਣੀ ਦਾ ਇੱਧਰ ਜਗਾੜ ਕਰਨਾ ਪੈਣਾ ਆਪਾਂ ਨੂੰ ਬਸ ਕਿਸੇ ਤਰੀਕੇ ਨਾਲ, ਕਿਉਂਕਿ ਉਹਨਾਂ ਦੇ ਉੱਦਾਂ ਬਣਿਆ ਨਾ ਜਿੱਦਾਂ ਪਾਣੀ ਜੇ ਰੱਖਣ ਨੂੰ, ਜਾਂ ਇੱਦਾਂ ਕਰਦੇ ਹਾਂ ਨਾ, ਇੱਥੋਂ ਜਾਲੀ ਕੱਟ ਕੇ ਇਹਦੇ ਨਾਲ ਦਾ ਪੀਸ ਲੈਂਦੇ ਹਾਂ, ਕੋਈ ਜਿਹੜਾ ਆਪਣੇ ਪੁਰਾਣੇ ਪਿੰਜਰੇ ਉੱਧਰ ਪਏ ਆ ਜਿਨ੍ਹਾਂ 'ਚ ਕੋਲੀਆਂ ਫਸਦੀਆਂ, ਉਹ ਕੱਟ ਕੇ ਉੱਥੇ ਲਾ ਦਾਂਗੇ, ਅਤੇ ਉਹਦੇ ਕੋਲੀ ਵਸਾ ਦਿਆ ਕਰਾਂਗੇ ਵਿੱਚ, ਇਹਦੇ ਇੱਧਰਲੀ ਸਾਈਡ ਫੜਾ ਵਸਾ ਦਿਆ ਕਰਾਂਗੇ ਜਾਂ ਤਾਂ। ਲਓ ਵੀ ਬਾਬੇ ਰਾਤ ਦਾ ਟਾਈਮ ਹੋ ਗਿਆ, ਅਤੇ ਕਬੂਤਰ ਢੱਕਦੇ ਉੱਪਰ ਉੱਪਰਲੇ, ਕਿਉਂਕਿ ਢੱਕਣੇ ਹੀ ਪੈਣੇ ਸੀ ਆਪਾਂ ਨੂੰ, ਉੱਦਾਂ ਆਪਾਂ ਢੱਕੀ ਦੇਣੀ, ਅੰਦਰ ਸਮੈਲ ਹੋ ਜਾਂਦੀ ਆ ਕਿਉਂਕਿ ਉੱਤੇ ਹਵਾ ਬਹੁਤ ਜ਼ਿਆਦਾ ਆ, ਅਤੇ ਆਪਣਾ ਖੱਤਿਆਂ 'ਚ ਘਰ ਆ ਬਾਰੋ ਬਾਰ, ਅਤੇ ਇਸ ਕਰਕੇ ਕੰਮ ਬਹੁਤ ਖਰਾਬ ਹੁੰਦਾ। ਅਤੇ ਆਹ ਨਹੀਂ ਆਪਾਂ ਢੱਕਣੇ, ਇਹ ਵਾਲੇ ਪਤਾ ਕੀ ਕਰਾਂਗੇ, ਇੱਦਾਂ ਹੀ ਆਪਾਂ ਇੱਧਰੋਂ ਬੰਦ ਕਰ ਦਾਂਗੇ ਕੱਪੜਾ ਲਾ ਕੇ, ਠੀਕ ਹੈ, ਅਤੇ ਦਿਨੇ ਲਾ ਦਿਆ ਕਰਾਂਗੇ, ਇੱਦਾਂ ਦਰਵਾਜ਼ੇ ਮੂਹਰੇ ਲਾ ਦਾਂਗੇ, ਅਤੇ ਇੱਦਾਂ ਹੀ ਉੱਥੇ ਬਹੁ ਅੰਦਰ ਲਿਆ ਉਹਨੂੰ ਕੁਛ ਨਹੀਂ ਕਰਨਾ, ਉੱਥੇ ਹੋ ਸਕਦਾ 100 ਵਾਰ ਦਾ ਇੱਕ ਬਲਬ ਲਾ ਦਾਂਗੇ ਅੰਦਰ, ਹੋਰ ਕੁਛ ਨਹੀਂ। ਅਤੇ ਲਓ ਵੀ ਬਾਬਿਓ ਰਾਤ ਦਾ ਟਾਈਮ, ਅਤੇ ਆਹ ਲਾਈਟਾਂ ਲੂਟਾਂ ਆਪਣੀਆਂ ਅੰਦਰ ਜਾਗ ਗਈਆਂ, ਅੰਦਰੋਂ ਰਹਿ ਗਿਆ ਰੰਗ ਕਰਨ ਵਾਲਾ, ਉਹ ਸਵੇਰੇ ਕਰ ਦਿਆਂਗੇ ਨਹੀਂ ਤਾਂ ਰੰਗ ਹੀ ਨਾ ਆਪਣਾ ਸੁੱਕ ਜੇ। ਕੁੱਕੜ ਵੀ ਡੱਕਤੇ, ਅਤੇ ਰਹਿ ਗਈਆਂ ਬਾਬਿਓ ਮਾਧੀਆਂ, ਇਹ ਵੀ ਡੱਕਦੇ ਹਾਂ, ਅਤੇ ਢਾਂਗੇ ਢੂੰਗੇ ਲਾਉਂਦੇ ਹਾਂ, ਲਾਈਆਂ ਹੀ ਨਹੀਂ ਅੱਜ ਕਿੰਨੇ ਦਿਨ, ਜਿਉਂ ਖੁੱਡੇ ਬਣਦੇ ਖਰਾਬ ਹੋ ਗਈਆਂ ਢਾਂਗੀਆਂ, ਇਹ ਵੀ ਕੱਪੜਾ ਆਪਾਂ ਨੂੰ ਨਵਾਂ ਹੀ ਲਿਆਉਣਾ ਪੈਣਾ ਹੁਣ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਬਿਓ ਕਿੱਦਾਂ ਜੱਚਦਾ ਹੁਣ, ਫਿਰ ਲਾਈਟਾਂ ਲਾਵਾਂਗੇ ਸਾਰੇ ਖੁੱਡਿਆਂ 'ਚ, ਹਜੇ ਬਲਬ ਨਹੀਂ ਲਾਏ, ਉੱਦਾਂ ਹੋਲਡਰ ਲਾਤੇ ਆ, ਸਿਰਫ ਬਲਬ ਫਸਾਉਣੇ ਹੀ ਆਪਾਂ, ਉਹ ਵੀ ਕਰ ਦਾਂਗੇ ਬਾਬੇ। ਕੁਰਸੀਆਂ ਮਾਰਤੀਆਂ ਮੂਧੀਆਂ, ਕਿਉਂਕਿ ਸਵੇਰ ਨੂੰ ਗਿੱਲੀਆਂ ਹੋ ਜਾਂਦੀਆਂ, ਜਿਹੜਾ ਫੜਿਆ ਸੀ ਗਰੀਬ ਇਹ ਕੋਈ ਵੀ ਨਹੀਂ ਲੈਣ ਆਇਆ ਇਹਨੂੰ, ਅਤੇ ਕਬੂਤਰ ਵੀ ਚੰਗਾ ਆ ਕਿ ਵੀਰ ਦਾ, ਹੈ ਨਾ, ਅਤੇ ਵੀਡੀਓ ਪਹੁੰਚ ਜੂਗੀ ਉਹਦੇ ਤੱਕ, ਤਾਂ ਜ਼ਰੂਰ ਲੈ ਜੂਗਾ, ਨਹੀਂ ਤਾਂ ਫਿਰ ਇੱਥੇ ਤਾਂ ਹੈਗਾ ਹੀ ਆ ਨਾ, ਜਾ ਕੇ ਭਰਾ ਨੂੰ ਦੇ ਦਿਆਂਗੇ, ਦਾਣਾ ਪਾਣੀ ਖਾਈ ਜਾਊਗਾ ਆਪਣੇ ਕਰਮਾਂ ਦਾ।
ਅਤੇ ਸਫਾਈ ਦਾ ਆਪਾਂ ਵਾਅਦਾ ਕੀਤਾ ਸੀ ਨਹੀਂ ਕੀਤੀ। ਆਹ ਤੋਤੇ ਚਿੜੀਆਂ ਆਪਾਂ ਢੱਕ ਦਿੱਤੇ ਆ ਸਾਰੇ, ਦਾਣੇ ਨੰਗੇ, ਇਹਦੇ 'ਤੇ ਵੀ ਕੁਛ ਦੇ ਦਿੰਦੇ ਹਾਂ, ਗਰਵਾਜ ਦਾ ਪਤੰਗ, ਅਤੇ ਆਹ ਬੁਰਸ਼ ਤਾਂ ਬਾਬੇ ਉਹ ਸੁੱਕ ਗਏ, ਬੁਰਸ਼ ਵੀ ਨਵੇਂ ਲਿਆਉਣੇ ਪੈਣੇ ਅਤੇ ਰੂਲੀਆਂ ਵੀ ਖਰਾਬ ਹੋ ਗਈਆਂ ਆਪਾਂ ਨੂੰ ਚੇਤਾ ਭੁੱਲ ਗਿਆ ਕਰਕੇ। ਅਤੇ ਲਓ ਵੀ ਬਾਬੇ ਉਹ ਪਿੱਛੋਂ ਬੰਦ ਕਰ ਦਿੱਤੇ ਸਾਰੇ, ਅੱਜ ਤਾਂ ਨਿੱਘਾ ਆ, ਆਪਾਂ ਇੱਥੇ ਖੜ੍ਹੇ ਹਾਂ ਪੂਰਾ ਨਿੱਘਾ ਆ। ਅਤੇ ਆਹ ਬਲਬ ਜਾਗ ਰਿਹਾ ਇੱਥੇ, ਇੱਥੇ ਲਾਇਆ ਬਲਬ, ਆਹ ਤਾਰਾਂ ਦੀ ਰਹਿੰਦੀ ਫਿਟਿੰਗ ਜੀ, ਇਹਦੇ ਉੱਤੇ ਇੱਕ ਸਟਿੱਪ ਜੀ ਹੁੰਦੀ, ਉਹ ਲਾ ਦਿਆਂਗੇ ਲਿਆ ਕੇ ਵਾਈਟ ਕਲਰ ਦੀ। ਅਤੇ ਆਹ ਦਵਾਈਆਂ ਦਵੂਈਆਂ ਜਿਹੜੀਆਂ ਆਪਾਂ ਲਿਆਂਦੀਆਂ ਸੀ ਉਹ ਵੀ ਅੱਜ ਦਿੱਤੀਆਂ ਆ, ਰਾਤ ਲਗਾਤਾਰ 2-3 ਸ਼ੀਸ਼ੀਆਂ ਪਾਵਾਂਗੇ ਸਾਰਾ ਸਿਆਲ, ਜਿਹੜੀਆਂ ਮਾਦੀਆਂ ਆਪਣੀਆਂ ਬੰਦ ਉਹ ਸਾਰੀਆਂ ਚੱਲ ਪੂਗੀਆਂ ਇਹਦੇ ਨਾਲ। ਇਹ 100% ਮਤਲਬ 100% ਹੀ ਮਤਲਬ ਨੁਕਤਾ ਸਹੀ ਆ ਇਹ, ਆਪਾਂ ਕਰਕੇ ਦੇਖ ਲਿਆ, ਇੱਕ ਦੋ ਆਪਣੀਆਂ ਚੱਲ ਪਈਆਂ ਨਾ, ਹੁਣ ਸਾਰੀਆਂ 'ਤੇ ਕਰਾਂਗੇ। ਇਹਦਾ ਵੀ ਇਲਾਜ ਕਰਦੇ ਹਾਂ ਸਵੇਰ ਨੂੰ, ਜਿਹਦਾ ਰੇਸ਼ਾ ਰੂਸ਼ਾ ਸੈੱਟ ਕਰਕੇ ਤੈਨੂੰ ਵੀ ਡੱਕਦੇ ਹਾਂ ਭਾਈ। ਮਿਲਦੇ ਹਾਂ ਅਗਲੀ ਵੀਡੀਓ 'ਚ, ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ।